ਆਓ ਅਸੀਂ ਘਟਾਓ ਦੇ ਸ਼ਾਬਦਿਕ ਸਵਾਲ ਹੱਲ ਕਰਨਾ ਸਿੱਖੀਏ ਦਿੱਤੇ ਗਏ ਸਵਾਲ ਨੂੰ ਵਲੰਟੀਅਰ ਖੁਦ ਪੜ੍ਹੇਗਾ ਇਸ ਤੋਂ ਬਾਅਦ ਗਰੁੱਪ ਵਿੱਚੋਂ ਕਿਸੇ ਇੱਕ ਬੱਚੇ ਨੂੰ ਫਿਰ ਤੋਂ ਪੜਾਂਦੇ ਕਹੇ ਇਸ ਗਤੀਵਿਧੀ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਤੁਸੀਂ 1 ਰੁਪਏ ਅਤੇ 10 ਰੁਪਏ ਦੇ ਨੋਟਾਂ ਦੇ ਬੰਡਲ ਜ਼ਮੀਨ ਤੇ ਰੱਖਨੇ ਹਨ ਹੁਣ ਤੁਸੀਂ ਕਿਸੇ ਵੀ ਦੋ ਬੱਚਿਆਂ ਨੂੰ ਅੱਗੇ ਬੁਲਾਉਣਾ ਹੈ ਅਤੇ ਉਨ੍ਹਾਂ ਵਿੱਚੋਂ ਕਿਸੇ ਇੱਕ ਬੱਚੇ ਨੂੰ 45 ਰੁਪਏ ਦੇ ਨੋਟ ਚੁੱਕਣ ਲਈ ਕਹਿਣਾ ਹੈ ਕਿੰਕੀ ਨੇ 10 ਦੇ ਚਾਰ ਨੋਟ ਅਤੇ 1 ਦੇ ਪੰਜ ਨੋਟ ਚੁਕਨੇ ਹਨ ਭਾਅ ਕੁੱਲ 45 ਰੁਪਏ ਚੁਕਨੇ ਹਨ ਇਨ੍ਹਾਂ ਵਿੱਚੋਂ ਉਸ ਨੂੰ 18 ਰੁਪਏ ਸੋਨੂ ਨੂੰ ਦੇਣੇ ਹਨ ਭਾਅ 1 ਰੁਪਏ ਦੇ 8 ਨੋਟਾਂ ਦੀ ਜ਼ਰੂਰਤ ਹੈ ਤਾਂ ਅਸੀਂ 10 ਦਾ ਇੱਕ ਨੋਟ ਲੈ ਕੇ ਉਸ ਨੂੰ 1-1 ਦੇ 10 ਨੋਟਾਂ ਵਿੱਚ ਬਦਲ ਲੈਂਦੇ ਹਾਂ ਹੁਣ 1-1 ਦੇ ਕੁੱਲ 15 ਨੋਟ ਹਨ ਜਿਸ ਵਿੱਚੋਂ 8 ਨੋਟ ਸੋਨੂੰ ਨੂੰ ਦਿੱਤੇ ਅਤੇ 10 ਦੇ ਤਿੰਨ ਨੋਟਾਂ ਵਿੱਚੋਂ ਇੱਕ ਨੋਟ ਸੋਨੂੰ ਦੇ ਦੋ ਦੇ ਦਿੱਤਾ ਇਸ ਤਰ੍ਹਾਂ ਸੋਨੂੰ ਨੂੰ 18 ਰੁਪਏ ਦੇ ਦਿੱਤੇ ਤਾਂ ਹੁਣ ਪਿੰਕੀ ਦੇ ਕੋਲ 10 ਦੇ ਦੋ ਨੋਟ ਅਤੇ ਇੱਕ ਦੇ ਸੱਤ ਨੋਟ ਬਚੇ ਹਨ ਭਾਅ 27 ਰੁਪਏ ਬਚੇ ਚਲੋ ਹੁਣ ਇਸ ਨੂੰ ਇਕਾਈ ਦਹਾਈ ਦਾ ਫਰੇਮ ਬਣਾ ਕੇ ਹੱਲ ਕਰਦੇ ਹਾਂ ਫਰੇਮ ਵਿੱਚ ਹਾਸਲ ਦਾ ਘਰ ਭਾਵ ਮਹਿਮਾਨ ਦਾ ਘਰ ਬਣਾਉਣਾ ਜ਼ਰੂਰੀ ਹੈ। ਹੁਣ ਪਿੰਕੀ ਦੇ ਕੋਲ 1 ਇੱਕ ਦੇ 5 ਨੋਟ ਹਨ। ਭਾਵ ਇਕਾਈ ਦੇ ਘਰ ਵਿੱਚ ਅਸੀਂ 5 ਲਿਖਦੇ ਹਾਂ ਅਤੇ 10 ਦੇ 4 ਨੋਟ ਹਨ ਤਾਂ ਦਹਾਈ ਦੇ ਘਰ ਵਿੱਚ 4 ਲਿਖਦੇ ਹਾਂ। ਹੁਣ ਪਿੰਕੀ ਨੇ ₹18 ਸੋਨੂੰ ਨੂੰ ਦੇਣੇ ਹਨ। ਪਿੰਕੀ ਦੇ ਕੋਲ ਰੁਪਏ ਘਟ ਹੋ ਰਹੇ ਹਨ ਇਸ ਲਈ ਇੱਥੇ ਘਟਾਓ ਦਾ ਚਿੰਨ ਲਗਾਵਾਂਗੇ। 18 ਵਿੱਚੋਂ 8 ਇਕਾਈ ਹੈ। ਭਾਵ ਇਕਾਈ ਦੇ ਘਰ ਵਿੱਚ 8 ਲਿਖਾਂਗੇ ਅਤੇ ਇੱਕ ਦਹਾਈ ਹੈ ਭਾਵ ਦਹਾਈ ਦੇ ਘਰ ਵਿੱਚ 1 ਲਿਖਾਂਗੇ ਤਾਂ ਦੇਖੋ ਪਿੰਕੀ ਦੇ ਕੋਲ 5 ਇਕਾਈਆਂ ਹਨ ਅਤੇ ਉਸਦੇ 8 ਇਕਾਈਆਂ ਘਟਾਉਣੀਆਂ ਹਨ ਅਸੀਂ 10 ਰੁਪਏ ਵਿੱਚੋਂ ਇੱਕ نوٹ ਨੂੰ ਇੱਕ-ਇੱਕ ਦੇ 10 ਨੋਟਾਂ ਵਿੱਚ ਬਦਲਣਾ ਸਿੱਖ ਲਿਆ ਹੈ ਤਾਂ ਅਸੀਂ 10 ਦੇ ਇੱਕ نوٹ ਨੂੰ ਇੱਕ-ਇੱਕ ਦੇ ਦੇ 10 ਨੋਟਾਂ ਵਿੱਚ ਬਦਲ ਲੈਂਦੇ ਹਾਂ ਸਾਡੇ ਕੋਲ 1 ਦੇ 15 ਨੋਟ ਹੋ ਗਏ 10 ਦੇ 4 ਨੋਟਾਂ ਵਿੱਚੋਂ ਇੱਕ ਨੋਟ ਖੁੱਲਾ ਕਰਵਾਉਣ ਲਈ ਉਠਾਇਆ ਤਾਂ ਹੁਣ 10 ਦੇ 3 ਨੋਟ ਬਚੇ ਹਨ ਇਸ ਲਈ ਅਸੀਂ 4 ਨੂੰ ਕੱਟ ਕੇ ਇੱਥੇ 3 ਲਿਖਾਂਗੇ ਅਤੇ 5 ਇਕਾਈਆਂ ਦੀ ਜਗ੍ਹਾ ਹੁਣ ਸਾਡੇ ਕੋਲ 15 ਇਕਾਈਆਂ ਹਨ ਹੁਣ ਪਿੰਕੀ ਦੇ ਕੋਲ 1 ਰੁਪਏ ਦੇ 15 ਨੋਟ ਹਨ ਉਸਨੇ 8 ਨੋਟ ਦੇ ਦਿੱਤੇ ਹੁਣ ਉਸ ਕੋਲ 7 ਨੋਟ ਬਚੇ ਹਨ ਇੱਥੇ ਅਸੀਂ ਇਕਾਈ ਦੇ ਘਰ ਵਿੱਚ ਉੱਤਰ ਵਿੱਚ 7 ਲਿਖਿਆ ਪਿੰਕੀ ਦੇ ਕੋਲ ਹੁਣ 10 ਰੁਪਏ ਦੇ 3 ਨੋਟ ਹਨ ਇਹ 10 ਦਾ ਇੱਕ ਨੋਟ ਸੋਨੂ ਨੂੰ ਦੇ ਦਿੱਤਾ ਹੁਣ ਪਿੰਕੀ ਦੇ ਕੋਲ 10 ਦੇ ਕਿੰਨੇ ਨੋਟ ਬਚੇ ਹਨ 10 ਦੇ 2 ਨੋਟ ਬਚੇ ਹਨ 10 ਦੇ 2 ਨੋਟ ਭਾ 2 ਦਹਾਈਆਂ ਹੁਣ ਸਵਾਲ ਨੂੰ ਪੜਦੇ ਹੋਏ ਜਵਾਬ ਦਿਓ ਪਿੰਕੀ ਦੇ ਕੋਲ 45 ਰੁਪਏ ਸਨ ਉਸ ਵਿੱਚੋਂ 18 ਰੁਪਏ ਉਸਨੇ ਸੋਨੂ ਨੂੰ ਦੇ ਦਿੱਤੇ ਤਾਂ ਪਿੰਕੀ ਦੇ ਕੋਲ 10 ਦੇ ਦੋ ਨੋਟ ਅਤੇ 1 ਦੇ 7 ਨੋਟ ਭਾਵ 27 ਰੁਪਏ ਬਚੇ ਹੁਣ ਤੁਸੀਂ ਵੀ ਇਸ ਤਰ੍ਹਾਂ ਵੱਖ-ਵੱਖ ਸੰਖਿਆਵਾਂ ਲੈ ਕੇ ਸਵਾਲ ਹੱਲ ਕਰੋ